ਉਦੋਂ ਮੈਂ ਆਰਕਸਟਰਾ ਦੇ ਨਾਲ ਜਾਂ ਜਾਗਰਣ ਵਾਲੀਆਂ ਪਾਰਟੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਮੈਂ ਘਰੋਂ ਤਿਆਰ ਹੋ ਕੇ ਜਾਣਾ। ਕਈ ਵਾਰੀ ਮੈਨੂੰ ਕਲਾਕਾਰਾਂ ਨੇ ਮਨ੍ਹਾ ਕਰ ਦੇਣਾ, ਯਾਰ ਗੱਡੀ 'ਚ ਜਗ੍ਹਾ ਨਹੀਂ ਹੈਗੀ। ਮੇਰੇ ਕੋਲ ਇੱਕ ਮੋਟਰਸਾਈਕਲ ਹੁੰਦਾ ਸੀਗਾ ਯਾਮਾ, ਔਰ ਮੈਂ ਉਹਦੇ 'ਤੇ ਪੰਜਾਬ ਦੇ ਤਮਾਮ ਕੰਪਨੀਆਂ ਕੋਲ ਗਿਆ। ਸਾਡੀ ਜਿਹੜੀ ਜੋੜੀ ਸੀਗੀ ਸਾਥੀ ਕਲਾਕਾਰਾਂ ਦੇ ਨਾਲ, ਕਿਸੇ ਵਜ੍ਹਾ ਦੇ ਨਾਲ ਉਹ ਜੋੜੀ ਟੁੱਟ ਗਈ। ਹਾਲਾਤ ਉਹਨਾਂ ਦਿਨਾਂ 'ਚ ਬਹੁਤ ਖਰਾਬ ਸੀਗੇ, ਔਰ ਸਕੂਟਰ ਵੀ ਮੈਂ ਕਿਸੇ ਦਾ ਮੰਗਿਆ, ਤੇਲ ਪਵਾਉਣ ਲਈ ਪੈਸੇ ਕਿਸੇ ਤੋਂ ਲਏ। ਮੈਂ 150 ਕਿਲੋਮੀਟਰ ਸਫ਼ਰ ਕਰਕੇ ਜਦੋਂ ਉੱਥੇ ਪਹੁੰਚਿਆ ਤਾਂ ਕਹਿੰਦੇ ਯਾਰ ਹੁਣ ਤਾਂ ਜਿਹੜੇ ਕਲਾਕਾਰ ਮੈਨੂੰ ਨਾਲ ਲਿਜਾਣ ਤੋਂ ਮਨ੍ਹਾ ਕਰਦੇ ਸੀ ਉਹ ਖੁਦ ਗੱਡੀਆਂ ਲੈ ਕੇ ਮੇਰੇ ਘਰ ਆਉਣ ਲੱਗ ਪਏ। ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਜੋਗਿੰਦਰ ਸਿੰਘ ਔਰ ਭੋਟੂ ਸ਼ਾਹ। ਔਰ ਜੋਗਿੰਦਰ ਸਿੰਘ ਤੋਂ ਭੋਟੂ ਸ਼ਾਹ ਬਣਨ ਦਾ ਸਫ਼ਰ ਬਹੁਤ ਲੰਬਾ ਅਤੇ ਬਹੁਤ ਔਖਾ ਰਿਹਾ। ਜਦੋਂ ਮੈਂ 14 ਸਾਲ ਦਾ ਸੀ ਅਤੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਔਰ ਘਰ ਦੀ ਸਾਰੀ ਜ਼ਿੰਮੇਵਾਰੀ ਦਾ ਬੋਝ ਮੇਰੇ 'ਤੇ ਆ ਗਿਆ। ਫਿਰ ਮੇਰੀ ਸਟੱਡੀ ਜਿਹੜੀ ਕੰਪਲੀਟ ਨਹੀਂ ਹੋ ਸਕੀ, ਉਸ ਤੋਂ ਬਾਅਦ ਮੈਂ ਵਰਕਿੰਗ ਕਰਨੀ ਸ਼ੁਰੂ ਕਰ ਦਿੱਤੀ। ਔਰ ਵਰਕਿੰਗ ਤੋਂ ਬਾਅਦ ਮੈਂ ਸਾਈਕਲ 'ਤੇ ਬ੍ਰੈਡਾਂ ਵੇਚਣ ਜਾਂਦਾ ਰਿਹਾ, 15-15 ਕਿਲੋਮੀਟਰ ਦੂਰ, 20-20 ਕਿਲੋਮੀਟਰ ਦੂਰ। ਔਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਦਾਇਰਾ ਛੋਟਾ ਹੀ ਰਹਿ ਜਾਏਗਾ, ਕੁਛ ਹੋਰ ਵੱਡਾ ਕਰੀਏ। ਉਸ ਤੋਂ ਬਾਅਦ ਫੈਕਟਰੀਆਂ ਦੇ ਵਿੱਚ ਮਿਹਨਤ ਮਜ਼ਦੂਰੀ ਮੈਂ ਕੀਤੀ, ਜਿੱਥੋਂ ਮੈਨੂੰ ਪ੍ਰਵਾਸੀ ਕਾਮਿਆਂ ਦੇ ਕਰੈਕਟਰ ਮਿਲੇ, ਔਰ ਅੱਗੇ ਆ ਕੇ ਮੇਰੇ ਬਹੁਤ ਉਹ ਕੰਮ ਆਏ। ਔਰ ਉਸ ਤੋਂ ਬਾਅਦ ਮੈਨੂੰ ਸ਼ੌਂਕ ਪੈ ਗਿਆ ਸਿੰਗਿੰਗ ਦਾ, ਪਰ ਉਦੋਂ ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ ਸੀ, ਬਹੁਤ ਸਾਰੇ ਉਹਨਾਂ ਦੇ ਘਰਾਂ ਦੇ ਕੰਮ ਕਰਨੇ ਪੈਂਦੇ ਸੀਗੇ, ਪਰ ਮੈਂ ਫਿਰ ਠੀਕ ਨਹੀਂ ਸਮਝਿਆ। ਮੈਂ ਕਿਹਾ ਵੀ ਮੈਂ ਅਗਰ ਇਸ ਚੱਕਰ ਦੇ ਵਿੱਚ ਲੱਗ ਗਿਆ ਤਾਂ ਮੇਰੀ ਫੈਮਿਲੀ ਦਾ ਥੋੜ੍ਹਾ ਔਖਾ ਹੋ ਜਾਣਾ, ਫਾਈਨੈਂਸ਼ਲੀ ਪ੍ਰੋਬਲਮ ਆਏਗੀ। ਉਸ ਤੋਂ ਬਾਅਦ ਫਿਰ ਮੈਂ ਆਪਣੇ ਕਰੀਅਰ ਦੀ ਜਿਹੜੀ ਸ਼ੁਰੂਆਤ ਹੈ ਐਜ਼ ਏ ਐਂਕਰਿੰਗ ਕੀਤੀ, ਔਰ ਉਦੋਂ ਮੈਂ ਆਰਕਸਟਰਾ ਦੇ ਨਾਲ ਜਾਂ ਜਾਗਰਣ ਵਾਲੀਆਂ ਪਾਰਟੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਜਾਣਾ, ਆਪਣੇ ਰੂਮ ਨੂੰ ਬੰਦ ਕਰਕੇ ਪੂਰਾ ਪੂਰਾ ਦਿਨ ਮੈਂ ਮਿਹਨਤ ਕਰਨੀ, ਐਂਕਰਿੰਗ ਐਂਕਰਾਂ ਨੂੰ ਸੁਣਨਾ, ਔਰ ਬਹੁਤ ਸਾਰੇ ਪ੍ਰੋਗਰਾਮ ਮੈਂ ਪੈਦਲ ਹੀ ਦੇਖਣ ਜਾਂਦਾ ਰਿਹਾ, ਅੱਗੇ ਬੈਠ ਕੇ ਐਂਕਰਾਂ ਨੂੰ ਸੁਣਨਾ ਕਿਸ ਤਰ੍ਹਾਂ ਬੋਲਦੇ ਆ, ਇਹਨਾਂ ਦਾ ਸਟਾਈਲ ਕਿਸ ਤਰ੍ਹਾਂ ਦਾ, ਔਰ ਮੈਂ ਫੋਲੋ ਕੀਤਾ। ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਆਰਕਸਟਰਿਆਂ ਨਾਲ ਜਾਣ ਦਾ, ਔਰ ਮੈਂ ਇੱਕ ਐਂਕਰ ਦੇ ਤੌਰ 'ਤੇ ਸ਼ੁਰੂਆਤ ਮੇਰੀ ਜਿਹੜੀ ਵਧੀਆ ਹੋ ਗਈ। ਔਰ ਜਦੋਂ ਮੈਨੂੰ ਸ਼ੌਂਕ ਸੀਗਾ ਮੈਂ ਘਰੋਂ ਤਿਆਰ ਹੋ ਕੇ ਜਾਣਾ, ਕਈ ਵਾਰੀ ਮੈਨੂੰ ਕਲਾਕਾਰਾਂ ਨੇ ਮਨ੍ਹਾ ਕਰ ਦੇਣਾ, ਯਾਰ ਗੱਡੀ 'ਚ ਜਗ੍ਹਾ ਨਹੀਂ ਹੈਗੀ, ਅੱਜ ਤੂੰ ਰਹਿਣ ਦੇ, ਹੈ ਨਾ। ਔਰ ਮੈਂ ਮੁਹੱਲੇ 'ਚ ਆਪਣੇ ਦੋਸਤਾਂ ਨੂੰ ਕਹਿ ਕੇ ਜਾਂਦਾ ਹੁੰਦਾ ਸੀ ਅੱਜ ਮੈਂ ਪ੍ਰੋਗਰਾਮ 'ਤੇ ਚੱਲਾਂ, ਪਰ ਜਦੋਂ ਮਨ੍ਹਾ ਹੋ ਜਾਣਾ ਤਾਂ ਵਾਪਸ ਮੈਂ ਘਰ ਨਹੀਂ ਆਉਂਦਾ ਹੁੰਦਾ ਸੀ। ਉਨੇ ਟਾਈਮ ਮੈਂ ਬਾਜ਼ਾਰਾਂ 'ਚ ਫਿਰੀ ਜਾਣਾ, ਸ਼ਹਿਰਾਂ 'ਚ ਫਿਰੀ ਜਾਣਾ, ਤਾਂ ਕਿ ਟਾਈਮਿੰਗ ਜਿਹੜੀ ਆ ਉਹ ਪੂਰੀ ਹੋ ਜਾਏ, ਸ਼ਾਮ ਨੂੰ ਆਉਣਾ। ਫਿਰ ਮੈਂ ਆਪਣੇ ਆਪ ਨੂੰ ਇੰਨਾ ਕੁ ਕਾਬਲ ਬਣਾਇਆ ਕਿ ਜਿਹੜੇ ਕਲਾਕਾਰ ਮੈਨੂੰ ਨਾਲ ਲਿਜਾਣ ਤੋਂ ਮਨ੍ਹਾ ਕਰਦੇ ਸੀ ਉਹ ਖੁਦ ਗੱਡੀਆਂ ਲੈ ਕੇ ਮੇਰੇ ਘਰ ਆਉਣ ਲੱਗ ਪਏ। ਔਰ ਮੈਨੂੰ ਖੁਸ਼ੀ ਹੋਈ ਕਿ ਜਲੰਧਰ ਦੇ ਵਿੱਚ ਮੈਂ ਅੱਛਾ ਐਂਕਰ ਸਾਬਤ ਹੋਇਆ ਆਰਕਸਟਰਿਆਂ ਦਾ। ਔਰ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਦਾਇਰਾ ਥੋੜ੍ਹਾ ਜਿਹਾ ਛੋਟਾ ਹੈ, ਹੋਰ ਵਧਾਈਏ ਅੱਗੇ ਨੂੰ। ਉਸ ਤੋਂ ਬਾਅਦ ਫਿਰ ਮੈਂ ਆਰਕਸਟਰਾ ਲਾਈਨ ਚੇਂਜ ਕੀਤੀ ਅਤੇ ਪੰਜਾਬੀ ਸਿੰਗਰਾਂ ਵੱਲ ਮੂਵ ਹੋਇਆ, ਔਰ ਮੈਂ ਆਪਣੀ ਸ਼ੁਰੂਆਤ ਕੀਤੀ ਪੰਜਾਬ ਦੇ ਬਹੁਤ ਨਾਮੀ ਕਲਾਕਾਰ ਮਨਮੋਹਨ ਵਾਰਸ ਜੀ ਦੇ ਨਾਲ, ਔਰ ਮਰਹੂਮ ਗਾਇਕ ਗੁਰਪ੍ਰੀਤ ਢੱਟ ਸਾਹਿਬ ਦੇ ਨਾਲ, ਔਰ ਸੁਰਿੰਦਰ ਲਾਡੀ ਜੀ ਦੇ ਨਾਲ, ਔਰ ਨਿਰਮਲ ਸਿੱਧੂ ਜੀ ਦੇ ਨਾਲ, ਮਰਹੂਮ ਗਾਇਕ ਸਾਬਰਕੋਟੀ ਸਾਹਿਬ ਜੀ ਦੇ ਨਾਲ, ਮਰਹੂਮ ਗਾਇਕ ਰਾਜ ਬਰਾੜ ਜੀ ਦੇ ਨਾਲ, ਔਰ ਇਹਨਾਂ ਤੋਂ ਇਲਾਵਾ ਹੋਰ ਅਨੇਕਾਂ ਸਿੰਗਰਾਂ ਦੇ ਨਾਲ, ਦੇਵੀ ਮਖਸੂਸਪੁਰੀ ਸਾਹਿਬ, ਉਹਨਾਂ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ। ਔਰ ਮੇਰਾ ਥੋੜ੍ਹਾ ਜਿਹਾ ਜਿਹੜਾ ਦਾਇਰਾ ਸੀ ਉਹ ਪੰਜਾਬ ਲੈਵਲ ਦਾ ਹੋ ਗਿਆ, ਪੰਜਾਬ ਦੇ ਸਿੰਗਰ ਮੈਨੂੰ ਨਾਲ ਲੈ ਕੇ ਜਾਣ ਲੱਗ ਪਏ। ਔਰ ਵਿੱਚ ਵਿੱਚ ਫਿਰ ਟਾਈਮ ਜਦੋਂ ਮਿਲਦਾ ਹੁੰਦਾ ਸੀਗਾ ਐਂਕਰਿੰਗ ਦੇ ਨਾਲ ਨਾਲ ਮੈਂ ਕੌਮੇਡੀ ਵੀ ਸੁਣਾਉਂਦਾ ਸੀਗਾ ਨਾਲ ਨਾਲ, ਅਤੇ ਦਾਇਰਾ ਵੱਡਾ ਹੋਇਆ। ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਕਿ ਸੱਭਿਆਚਾਰਕ ਮੇਲੇ ਸਾਡੇ ਪੰਜਾਬ ਦੇ ਵਿੱਚ ਹੁੰਦੇ ਆ, ਪਹਿਲਾਂ ਛੋਟੇ ਮੇਲਿਆਂ ਤੋਂ ਸ਼ੁਰੂਆਤ ਕੀਤੀ ਮੈਂ,
ਔਰ ਛੋਟੇ ਮੇਲਿਆਂ ਤੋਂ ਸ਼ੁਰੂਆਤ ਕਰਕੇ ਫਿਰ ਪੰਜਾਬ ਦੇ ਨਾਮੀ ਵੱਡੇ ਮੇਲਿਆਂ 'ਤੇ ਪਹੁੰਚੇ। ਡਿਊਟ ਕਮੇਡੀ ਸ਼ੁਰੂ ਕੀਤੀ, ਇੱਕ ਡਿਊਟ ਜੋੜੀ ਬਣਾ ਕੇ, ਔਰ ਬੜਾ ਰਿਸਪੋਂਸ ਅੱਛਾ ਮਿਲਿਆ। ਪੰਜਾਬੀ ਆਵਾਮ ਨੇ ਸਾਨੂੰ ਦੱਸ ਦਿੱਤਾ ਸੀ ਕਿ ਤੁਸੀਂ ਆਉਣ ਵਾਲੇ ਕਾਮੇਡੀਅਨ ਹੋ। ਉਸ ਤੋਂ ਬਾਅਦ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਮੈਂ ਇੱਕ ਐਲਬਮ ਸ਼ੂਟ ਕੀਤੀ, ਉਹ ਵੀ ਬਹੁਤ ਔਖੀ, ਬਹੁਤ ਔਖਾ ਉਦੋਂ ਟਾਈਮ ਸੀਗਾ, ਤਾਂ ਕਿ ਜਿੰਨੇ ਕੁ ਪੈਸੇ ਅਸੀਂ ਔਰਕੈਸਟਰਾ ਲਾ ਕੇ ਇਕੱਠੇ ਕਰਨੇ, ਸਟੂਡੀਓ ਚਲੇ ਜਾਣਾ, ਯਾਰ ਅੱਜ 2 ਘੰਟੇ ਦਾ ਕੰਮ ਕਰਾ ਲਾਂ ਜਾਂ ਅੱਜ ਘੰਟੇ ਦਾ ਕੰਮ ਕਰਾ ਲਾਂ। ਉਹ ਫਿਰ ਜਦੋਂ ਐਲਬਮ ਫਸਟ ਸਾਡੀ ਰੈਡੀ ਹੋ ਗਈ, ਫਿਰ ਉਹਨੂੰ ਲਾਂਚ ਕਰਨਾ ਬਹੁਤ ਔਖਾ ਹੋਇਆ। ਕੋਈ ਕੰਪਨੀ ਵਾਲਾ ਯੈਸ ਨਾ ਕਰੇ। ਮੇਰੇ ਕੋਲ ਇੱਕ ਮੋਟਰਸਾਈਕਲ ਹੁੰਦਾ ਸੀਗਾ ਯਾਮਾ, ਔਰ ਮੈਂ ਉਹਦੇ 'ਤੇ ਪੰਜਾਬ ਦੇ ਤਮਾਮ ਕੰਪਨੀਆਂ ਕੋਲ ਗਿਆ। ਆਡੀਓ ਕੈਸਟ ਕੰਪਨੀਸ ਹੁੰਦੀ ਸੀ ਉਦੋਂ, ਕਦੀ ਮੋਟਰਸਾਈਕਲ ਦੇ ਠੰਡ ਦੇ ਵਿੱਚ ਲੁਧਿਆਣੇ ਨੂੰ ਚਲੇ ਜਾਣਾ, ਕਦੇ ਅੰਮ੍ਰਿਤਸਰ ਚਲੇ ਜਾਣਾ, ਕਦੇ ਪਠਾਨਕੋਟ ਚਲੇ ਜਾਣਾ। ਉਹ ਇੱਕ ਐਲਬਮ ਇਸ ਤਰ੍ਹਾਂ ਦੀ ਕਿਸੇ ਨੇ ਸੁਣੀ ਨਹੀਂ। ਉਸ ਤੋਂ ਬਾਅਦ ਮਨਮੋਹਨ ਵਾਰਸ ਭਾਜੀ, ਦੀਪਕ ਬਾਲੀ ਜੀ, ਔਰ ਵਾਰਸ ਭਾਜੀ ਦੇ ਆਫਿਸ ਮੈਂ ਆਪਣੇ ਕਜ਼ਨ ਨੂੰ ਲਵਾਇਆ ਸੀ, ਗੁਰਮੀਤ ਸਿੰਘ ਨੂੰ, ਅਤੇ ਉਹਨਾਂ ਦੇ ਜ਼ਰੀਏ ਮੈਂ ਫਿਰ ਇਹ ਗੱਲ ਕੀਤੀ। ਮੈਂ ਕਿਹਾ ਭਾਜੀ ਆਹ ਮੈਨੂੰ ਪ੍ਰੋਬਲਮ ਆ ਰਹੀ ਹੈ। ਮਨਮੋਹਨ ਵਾਰਸ ਭਾਜੀ ਨੇ ਦੀਪਕ ਬਾਲੀ ਜੀ ਨੂੰ ਕਿਹਾ, ਔਰ ਸਾਡੇ ਇੱਕ ਲੋਕਲ ਕੰਪਨੀ KMC ਜਲੰਧਰ ਦੀ, ਉਹਨਾਂ ਨੇ ਉਹ ਐਲਬਮ ਰਿਲੀਜ਼ ਕੀਤੀ, ਔਰ ਐਡਾ ਭਰਮਾ ਹੰਗਾਰਾ ਉਸ ਐਲਬਮ ਨੂੰ ਮਿਲਿਆ ਕਿ ਉਹ ਇੱਕ ਮੀਲ ਪੱਥਰ ਸਾਬਤ ਹੋਈ ਮੇਰੀ ਪਹਿਲੀ ਐਲਬਮ ਸਾਈਕਲ ਮਿੱਤਰਾਂ ਦੀ। ਅਸੀਂ ਜਦੋਂ ਫਸਟ ਟਾਈਮ ਕੈਨੇਡਾ ਸ਼ੋਅ ਕਰਨ ਗਏ ਹਾਂ ਸਾਈਕਲ ਮਿੱਤਰਾਂ ਦੀ ਹਿੱਟ ਹੋਣ ਤੋਂ ਬਾਅਦ, ਅਤੇ ਸਾਨੂੰ ਅਕਸਰ ਜਦੋਂ ਅਸੀਂ ਵੈਨਕੂਵਰ ਉਤਰੇ ਹਾਂ, ਜਿਹੜੇ ਹੋਟਲ 'ਚ ਵੈਸਟਨ ਅਸੀਂ ਸਟੇ ਕੀਤੀ, ਔਰ ਸਾਨੂੰ ਲੋਕ ਡਰਾਉਂਦੇ ਸੀ, ਕਹਿੰਦੇ ਯਾਰ ਇੱਥੇ ਕੌਮੇਡੀ ਨਹੀਂ ਸੁਣਦੇ, ਸਰੀਂ 'ਚ ਹੂਟਿੰਗ ਹੋ ਜਾਂਦੀ ਹੈ। ਅਤੇ ਪਹਿਲਾਂ ਤਾਂ ਡਰ ਸੀਗਾ, ਅਤੇ ਮਨ ਵਿੱਚ ਇੱਕ ਹੋਰ ਡਰ ਪੈਦਾ ਹੋ ਗਿਆ, ਯਾਰ ਇਹ ਤਾਂ ਬੜਾ ਔਖਾ ਕੰਮ ਆ। ਲੇਕਿਨ ਜਦੋਂ ਅਸੀਂ ਪਰਫੋਰਮ ਕੀਤੀ, ਉੱਥੇ ਚੀਕਾਂ ਤਾਲੀਆਂ, ਆਡੀਅੰਸ ਨੇ ਉਹ ਬੇਤਹਾਸ਼ਾ ਮੁਹੱਬਤ ਕੀਤੀ, ਔਰ ਸਾਡੇ ਆ ਜਿਹੜਾ ਡਰ ਸੀਗਾ, ਭੈ ਸੀਗਾ, ਉਹ ਬਿਲਕੁਲ ਖਤਮ ਹੋ ਗਿਆ। ਉਸ ਤੋਂ ਬਾਅਦ ਫਿਰ ਐਲਬਮਾਂ ਦਾ ਜਿਹੜਾ ਸਿਲਸਿਲਾ ਸੀ ਇਹ ਸ਼ੁਰੂ ਹੋ ਗਿਆ। ਸਾਈਕਲ ਮਿੱਤਰਾਂ ਦੀ ਭੋਟੂ ਸ਼ਾਹ ਜੀ ਦੱਸਣਗੇ, ਭੋਟੂ ਸ਼ਾਹ ਜੀ ਫੜੇ ਗਏ, ਭੋਟੂ ਸ਼ਾਹ ਜੀ ਕੁੱਟਣਗੇ, ਭੋਟੂ ਸ਼ਾਹ ਜੀ ਠੰਡ ਰੱਖੋ, ਭੋਟੂ ਸ਼ਾਹ ਜੀ ਖਬਰਦਾਰ। ਔਰ ਉਸ ਤੋਂ ਬਾਅਦ ਸਾਡੀ ਜਿਹੜੀ ਜੋੜੀ ਸੀਗੀ ਸਾਥੀ ਕਲਾਕਾਰਾਂ ਦੇ ਨਾਲ, ਕਿਸੇ ਵਜ੍ਹਾ ਦੇ ਨਾਲ ਉਹ ਜੋੜੀ ਟੁੱਟ ਗਈ, ਔਰ ਟੁੱਟਣ ਤੋਂ ਬਾਅਦ ਫਿਰ ਬਹੁਤ ਸਾਡਾ ਡਾਊਨਫਾਲ ਆਇਆ, ਅਸੀਂ ਗਾਇਬ ਹੁੰਦੇ ਚਲੇ ਗਏ ਮਾਰਕੀਟ ਦੇ ਵਿੱਚੋਂ। ਕੁਛ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਨਹੀਂ ਭੁੱਲਦੀਆਂ। ਸਟਰਗਲ ਦੇ ਦੌਰਾਨ ਜਲੰਧਰ ਦੂਰਦਰਸ਼ਨ ਦੀ ਜੇ ਗੱਲ ਕਰੀਏ ਤਾਂ ਕੁਛ ਪ੍ਰਾਈਵੇਟ ਪ੍ਰੋਗਰਾਮ ਵੀ ਚੱਲਦੇ ਹੁੰਦੇ ਸੀ, ਅਤੇ ਸਾਨੂੰ ਸ਼ੌਂਕ ਬੜਾ ਹੁੰਦਾ ਸੀ ਵੀ ਐਂ ਸਕਿੱਟਾਂ ਕਰੀਏ, ਆ ਕੇ ਕਿਸੇ ਤਰ੍ਹਾਂ ਵੀ ਸਕਿੱਟ ਕਰੀਏ। ਔਰ ਮੈਨੂੰ ਯਾਦ ਹੈ ਇੱਕ ਵਾਰੀ ਫਿਰੋਜ਼ ਖਾਨ ਜੀ ਦੀ ਭੇਟ ਜਿਹੜੀ ਹੈ ਮਾਂ ਨੈਣਾ ਦੇਵੀ ਦੇ ਦਰਬਾਰ 'ਤੇ ਸ਼ੂਟ ਹੋ ਰਹੀ ਸੀ, ਅਤੇ ਮੈਨੂੰ ਫੋਨ ਆਇਆ ਪ੍ਰੋਡਿਊਸਰ ਦਾ, ਕਹਿੰਦੇ ਯਾਰ ਤੂੰ ਫਟਾਫਟ ਇੱਥੇ ਪਹੁੰਚ ਜਾਵੇ, ਤੇਰੀਆਂ ਸਕਿੱਟਾਂ ਕਰੀਏ। ਹਾਲਾਤ ਉਹਨਾਂ ਦਿਨਾਂ 'ਚ ਬਹੁਤ ਖਰਾਬ ਸੀਗੇ, ਔਰ ਸਕੂਟਰ ਵੀ ਮੈਂ ਕਿਸੇ ਦਾ ਮੰਗਿਆ, ਤੇਲ ਪਾਉਣ ਲਈ ਪੈਸੇ ਕਿਸੇ ਤੋਂ ਲਏ। ਮੈਂ ਡੇਢ ਸੌ ਕਿਲੋਮੀਟਰ ਸਫ਼ਰ ਕਰਕੇ ਜਦੋਂ ਉੱਥੇ ਪਹੁੰਚਿਆ, ਤਾਂ ਕਹਿੰਦੇ ਯਾਰ ਹੁਣ ਤਾਂ ਸ਼ਾਮ ਹੋ ਗਈ ਆ, ਹੁਣ ਲਾਈਟ ਚਲੀ ਗਈ ਆ, ਹੁਣ ਅਸੀਂ ਤੇਰਾ ਸ਼ੂਟ ਨਹੀਂ ਕਰ ਸਕਦੇ। ਸੋ ਬੜਾ ਮਹਿਸੂਸ ਹੋਇਆ ਇਸ ਤਰ੍ਹਾਂ ਦੇ। ਜ਼ਿੰਦਗੀ ਅੰਦਰ ਬਹੁਤ ਸਾਰੇ ਕਿੱਸੇ ਹੋਏ। ਕਈ ਵਾਰੀ ਮੇਲਿਆਂ 'ਤੇ ਸਿੰਗਰ ਨੇ ਕਹਿ ਜਾਣਾ, ਯਾਰ ਮੇਰੇ ਘਰ ਆ ਜੀ, ਆਪਾਂ ਇਕੱਠੇ ਚੱਲਾਂਗੇ, ਔਰ ਜਦੋਂ ਉੱਥੇ ਪਹੁੰਚਣਾ ਸਿੰਗਰ ਨੇ ਨਿਕਲ ਜਾਣਾ, ਔਰ ਅਸੀਂ ਫਿਰ ਬੱਸਾਂ 'ਚ ਧੱਕੇ ਖਾਣੇ, ਔਰ ਕਈ ਵਾਰੀ ਤਾਂ ਮੈਂ 20-20 ਕਿਲੋਮੀਟਰ ਪੈਦਲ ਵੀ ਤੁਰ ਕੇ ਗਿਆ ਹਾਂ ਮੇਲਿਆਂ 'ਤੇ। ਉੱਧਰੋਂ ਸ਼ਾਮ ਹੋਣ ਵਾਲੀ ਹੋਣੀ, ਉੱਧਰੋਂ ਮੈਂ ਦੌੜਦੇ ਜਾਣਾ, ਯਾਰ ਫਿਰ ਵੀ ਮੈਂ ਮੇਲੇ 'ਤੇ ਪਹੁੰਚ ਜਾਣਾ। ਬਹੁਤ ਸਾਰੇ ਲਾਈਫ ਦੇ ਵਿੱਚ ਇੱਦਾਂ ਦੇ ਸਟਰਗਲ ਆਏ। ਉਸ ਤੋਂ ਬਾਅਦ ਫਿਰ ਇੱਕ ਦੌਰ ਆਇਆ ਪੰਜਾਬੀ ਮੂਵੀਆਂ ਦਾ, ਜਦੋਂ ਸਟਾਰਟ ਹੋਈਆਂ ਮੇਲ ਕਰਾ ਦੇ ਰੱਬਾ ਦੇ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਮੈਨੂੰ ਮੌਕਾ ਮਿਲਿਆ ਮੂਵੀ ਕਰਨ ਦਾ। ਉਸ ਤੋਂ ਬਾਅਦ ਦਲਜੀਤ ਜੀ ਦੇ ਨਾਲ, ਹਨੀ ਸਿੰਘ ਦੇ ਨਾਲ ਕਾਫੀ ਮੂਵੀਆਂ ਕੀਤੀਆਂ। ਔਰ ਡਾਊਨਫਾਲ ਦੇ ਦੌਰਾਨ ਬਹੁਤ ਔਖਾ ਹੋ ਗਿਆ, ਜਾਣੀ ਕਿ ਸਿੰਗਰਾਂ ਨਾਲ ਵੀ, ਕਲਾਕਾਰਾਂ ਨਾਲ ਥੋੜ੍ਹੇ ਜਿਹੇ ਲਿੰਕ ਵੀ ਟੁੱਟਦੇ ਗਏ, ਲੋਕ ਕਹਿੰਦੇ ਵੀ ਖਤਮ ਹੋ ਗਏ, ਕਿਉਂਕਿ ਸਾਡੀ ਜਿਹੜੀ ਪਹਿਚਾਣ ਸੀ
ਉਹ ਇੱਕ ਆਡੀਓ ਕੈਸਟ ਦੇ ਰਾਹੀਂ ਬਣੀ ਸੀ। ਜਦੋਂ ਫਿਰ ਆਡੀਓ ਕੈਸਟਾਂ ਸੀਡੀਜ਼ ਬੰਦ ਹੋਈਆਂ, ਪੈਨ ਡਰਾਈਵ ਦਾ ਜ਼ਮਾਨਾ ਆ ਗਿਆ ਅਤੇ ਸਾਨੂੰ ਥੋੜ੍ਹਾ ਗੈਪ ਹੋਣਾ ਪਿਆ। ਹੁਣ ਫਿਰ ਉਸ ਤੋਂ ਬਾਅਦ ਫਿਰ ਕਵਿਤਾ ਭੱਲਾ, ਮੇਰੀ ਮੁਲਾਕਾਤ ਉਹਨਾਂ ਦੇ ਨਾਲ ਇੱਕ ਮੂਵੀ ਦੇ ਸੈੱਟ 'ਤੇ ਹੋਈ। ਉਸ ਲੜਕੀ ਨੂੰ ਮੈਂ ਨਾਲ ਜੋੜਿਆ, ਐਜ ਏ ਪਰਿਵਾਰ, ਐਜ ਏ ਸਾਡੀ ਬੱਚੀ ਸਾਡੇ ਨਾਲ ਕੰਮ ਕਰ ਰਹੀ ਹੈ। ਔਰ ਫਿਰ ਅਸੀਂ ਇਹ ਦੁਬਾਰਾ ਤੋਂ ਮਾਰਕੀਟ ਦੇ ਵਿੱਚ ਅਪਗ੍ਰੇਡ ਹੋਏ ਔਰ ਲਾਈਵ ਸ਼ੋਅ ਵੀ ਕਵਿਤਾ ਭੱਲਾ ਨਾਲ ਹੁਣ ਵੀ ਕਰਦੇ ਹਾਂ, ਜਦੋਂ ਦੀ ਜੁੜੀ ਉਦੋਂ ਦੀ ਕਰਦੇ ਆ ਰਹੇ ਹਾਂ। ਫਿਰ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ। ਹੁਣ ਇਹ ਲੇਟੈਸਟ ਅਸੀਂ ਕੈਨੇਡਾ ਦੇ ਵਿੱਚ ਸ਼ੋਅ ਕਰਕੇ ਆਏ ਹਾਂ, ਕੋਮੇਡੀ, ਜਿਸ ਦਾ ਟਾਈਟਲ ਸੀ ਭੋਟੂ ਦਾ ਰੇਡੀਓ। ਬਹੁਤ ਜ਼ਿਆਦਾ ਭਰਮਾ ਹੰਗਾਰਾ ਉਸ ਨੂੰ ਮਿਲਿਆ ਔਰ ਬਹੁਤ ਹੀ ਸ਼ੋਅ ਹਿੱਟ ਹੋਇਆ। ਉਸ ਤੋਂ ਬਾਅਦ ਹੁਣ ਪੂਰੇ ਕੈਨੇਡਾ ਦੇ ਵਿੱਚ ਉਹ ਜਿਹੜੇ ਸ਼ੋਅ ਅਸੀਂ ਕਰ ਰਹੇ ਹਾਂ। ਬਾਕੀ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ, ਜ਼ਿੰਦਗੀ ਦੇ ਵਿੱਚ ਡਾਊਨਫਾਲ ਜ਼ਰੂਰ ਆਉਣਾ ਚਾਹੀਦਾ, ਉਦੋਂ ਹੀ ਤੁਹਾਨੂੰ ਪਤਾ ਲੱਗਦਾ ਕਿ ਕਿਹੜੇ ਤੁਹਾਡੇ ਨਾਲ ਖੜ੍ਹੇ ਆ, ਕਿਹੜੇ ਤੁਹਾਡੇ ਦੋਸਤ ਹੈ, ਕਿਹੜੇ ਤੁਹਾਡਾ ਸਾਥ ਦਿੰਦੇ ਆ। ਤਾਂ ਮੇਰਾ ਜਿਹੜਾ 12-13 ਸਾਲ ਡਾਊਨਫਾਲ ਚੱਲਿਆ, ਉਹਦੇ ਵਿੱਚ ਮੈਂ ਇਹੀ ਕੁਛ ਸਿੱਖਿਆ, ਇਹੀ ਕੁਛ ਸਿੱਖ ਕੇ ਪਤਾ ਕੀਤਾ ਕਿ ਨਾਲ ਕੌਣ ਖੜ੍ਹਾ ਅਤੇ ਕੌਣ ਨਹੀਂ। ਔਰ ਬਾਕੀ ਹੁਣ ਦੁਬਾਰਾ ਤੋਂ ਜਿਹੜੀ ਅਸੀਂ ਐਂਟਰੀ ਕੀਤੀ ਆ, ਕਿ ਸਾਨੂੰ, ਮੈਂ ਜਿੱਥੇ ਵੀ ਸ਼ੋਅ ਕਰਨ ਜਾਂਦਾ ਸੀ ਕਿਤੇ ਕਿਤੇ ਪ੍ਰੋਗਰਾਮ ਮਿਲਦੇ ਸੀ ਅਤੇ ਪੰਜਾਬੀ ਆਵਾਮ ਸਾਡੀ ਕਹਿੰਦੀ ਸੀ, ਭੋਟੂ ਸ਼ਾਹ ਜੀ ਤੁਸੀਂ ਯਾਰ ਕਿੱਥੇ ਗਾਇਬ ਹੋ ਗਏ, ਦੁਬਾਰਾ ਆਓ ਭਾਅ ਜੀ, ਸੋਸ਼ਲ ਮੀਡੀਆ ਦਾ ਯੁੱਗ ਆ ਗਿਆ, ਤੁਸੀਂ ਕਿਸੇ ਤਰ੍ਹਾਂ ਐਂਟਰੀ ਕਰੋ। ਅਤੇ ਹੁਣ ਅਸੀਂ ਆਪਣਾ ਚੈਨਲ ਯੂਟਿਊਬ ਚੈਨਲ ਲਾਂਚ ਕੀਤਾ, BHOTTU ਦੇ ਨਾਲ ਖੁੱਲ੍ਹਦਾ, SHAH ਭੋਟੂ ਸ਼ਾਹ, ਔਰ ਉਹਦੇ ਵਿੱਚ ਅਸੀਂ ਰੀਲਸ ਰੋਜ਼ ਪਾ ਰਹੇ ਹਾਂ ਇੰਸਟਾਗ੍ਰਾਮ 'ਤੇ ਵੀ। ਔਰ ਦੁਬਾਰਾ ਤੋਂ ਫਿਰ ਹੁਣ ਅਸੀਂ ਜਿਹੜੀ ਐਂਟਰੀ ਕੀਤੀ ਆ, ਔਰ ਅਸੀਂ ਆਸ ਕਰਦੇ ਹਾਂ ਕਿ ਪੰਜਾਬੀ ਆਵਾਮ ਸਾਨੂੰ ਫਿਰ ਪਿਆਰ ਕਰੇਗੀ ਉਸੇ ਤਰ੍ਹਾਂ ਜਿਵੇਂ ਪਹਿਲਾਂ ਕਰਦੇ ਸੀ। ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਭੋਟੂ ਸ਼ਾਹ ਜੀ, ਪੰਜਾਬ ਦੇ ਬਹੁਤ ਸਾਰੇ ਕਮੇਡੀਅਨ ਕਲਾਕਾਰਾਂ ਨੂੰ ਚੈਨਲਾਂ ਨੇ ਅਵਾਰਡ ਦਿੱਤੇ, ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ, ਕਮੇਡੀਅਨਸ ਨੂੰ ਚੈਨਲਾਂ ਨੇ ਅਵਾਰਡ ਦਿੱਤੇ, ਉਹਨਾਂ ਅਵਾਰਡਾਂ ਦੇ ਵਿੱਚ ਤੁਸੀਂ ਕਿਤੇ ਨਜ਼ਰ ਨਹੀਂ ਆਏ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪੰਜਾਬੀ ਆਵਾਮ ਨੇ ਇਸ ਤਰ੍ਹਾਂ ਦਾ ਅਵਾਰਡ ਦਿੱਤਾ, ਜਿਹੜੇ ਅਵਾਰਡ ਤੁਹਾਨੂੰ ਮਿਲੇ ਆ ਉਹ ਕੱਚ ਦੇ ਅਵਾਰਡ ਟੁੱਟ ਵੀ ਸਕਦੇ ਆ, ਜੇ ਲੱਕੜ ਦੇ ਆ ਤਾਂ ਉਹਨਾਂ ਨੂੰ ਘੁਣ ਵੀ ਲੱਗ ਸਕਦਾ, ਲੇਕਿਨ ਜਿਹੜਾ ਦਰਸ਼ਕਾਂ ਨੇ, ਪੰਜਾਬੀ ਦਰਸ਼ਕਾਂ ਨੇ ਮੈਨੂੰ ਆਪਣੀ ਮੁਹੱਬਤ ਦਾ ਅਵਾਰਡ ਦਿੱਤਾ, ਉਹ ਅੱਜ ਤੱਕ ਵੀ ਬਰਕਰਾਰ ਹੈ। ਬਾਕੀ ਮੈਂ ਫਾਈਨੈਂਸ਼ਲੀ ਥੋੜ੍ਹਾ ਵੀਕ ਹੋਇਆ ਜਦੋਂ ਡਾਊਨਫਾਲ ਮੇਰਾ ਆਇਆ, ਲੇਕਿਨ ਮੈਂ ਆਡੀਅੰਸ ਦੀ ਮੁਹੱਬਤ ਵੱਲੋਂ ਵੀਕ ਨਹੀਂ ਹੋਇਆ। ਅੱਜ ਵੀ ਭੋਟੂ ਸ਼ਾਹ ਨੂੰ ਲੋਕ ਜਾਣਦੇ ਨੇ, ਜਿੱਥੋਂ ਲੰਘ ਜਾਵਾਂ, ਜੇ ਮੈਂ ਬੈਰੀਅਲ ਤੋਂ ਲੰਘਾਂ ਤਾਂ ਉਹ ਪੈਸੇ ਹੀ ਨਹੀਂ ਲੈਂਦੇ, ਗੱਲ 50 ਜਾਂ 100 ਰੁਪਏ ਦੀ ਨਹੀਂ ਹੈ, ਗੱਲ ਇਹ ਹੈ ਕਿ ਮੈਂ ਇਹ ਚੀਜ਼ ਕਮਾਈ ਹੈ। ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਰੈਸਟੋਰੈਂਟ 'ਚ ਖਾਣਾ ਖਾ ਰਿਹਾ ਸੀ ਅਤੇ ਕੁਛ ਮੇਰੇ ਫੈਨਸ ਆਏ, ਉਹਨਾਂ ਨੇ ਮੇਰੇ ਨਾਲ ਤਸਵੀਰਾਂ ਖਿਚਾਈਆਂ, ਔਰ ਮੈਨੂੰ ਬਾਅਦ 'ਚੋਂ ਪਤਾ ਲੱਗਾ ਕਿ ਮੇਰਾ ਬਿੱਲ ਵੀ ਪੇ ਕਰ ਗਏ। ਬਹੁਤ ਖੁਸ਼ੀ ਹੁੰਦੀ ਹੈ, ਸਾਨੂੰ ਪਤਾ ਲੱਗਦਾ ਕਿ ਅਸੀਂ ਪੰਜਾਬੀ ਆਵਾਮ ਲਈ ਸਾਫ਼ ਸੁਥਰੀ ਕਾਮੇਡੀ ਕੀਤੀ ਆ। ਉਹਦਾ ਮਤਲਬ ਜੇ ਅੱਜ ਤੱਕ ਲੋਕ ਜਾਣਦੇ ਨੇ ਤਾਂ ਰੀਜ਼ਨ ਇਹੀ ਹੈ ਕਿ ਮੈਂ ਕਦੀ ਦੋ ਅਰਥੀ ਕਾਮੇਡੀ ਨਹੀਂ ਕੀਤੀ, ਹਮੇਸ਼ਾ ਪੰਜਾਬੀ ਸੱਭਿਆਚਾਰਕ ਕਾਮੇਡੀ ਕੀਤੀ, ਉਹ ਕਾਮੇਡੀ ਕੀਤੀ ਹੈ ਜਿਹੜੀ ਤੁਸੀਂ ਆਪਣੇ ਬੱਚਿਆਂ 'ਚ ਬੈਠ ਕੇ ਸੁਣ ਸਕਦੇ ਹੋ, ਆਪਣੀ ਫੈਮਿਲੀ 'ਚ ਬੈਠ ਕੇ ਸੁਣ ਸਕਦੇ ਹੋ, ਔਰ ਕਦੇ ਵੀ ਤੁਹਾਨੂੰ ਮੇਰੀ ਕਾਮੇਡੀ ਦੇ ਅੰਦਰ ਸ਼ਰਮਿੰਦਗੀ ਮਹਿਸੂਸ ਨਹੀਂ ਹੋਗੀ। ਉਹ ਜਿਹੜਾ ਪੰਜਾਬੀਆਂ ਦੇ ਪਿਆਰ ਦਾ ਅਵਾਰਡ ਹੈ। ਔਰ ਕਈ ਮੈਨੂੰ ਮਿਲਦੇ ਕਹਿੰਦੇ ਭੋਟੂ ਸ਼ਾਹ ਜੀ, ਬਚਪਨ ਦੇ ਵਿੱਚ ਅਸੀਂ ਤੁਹਾਨੂੰ ਦੇਖਿਆ ਔਰ ਅੱਜ ਵੀ ਤੁਸੀਂ ਉੱਦਾਂ ਦੇ ਹੋ, ਹੁਣ ਤਾਂ ਸਾਡੇ ਵੀ ਬੱਚੇ ਹੋ ਗਏ, ਲੇਕਿਨ ਤੁਸੀਂ ਉੱਦਾਂ ਦੇ ਹੋ। ਫਿਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਇਹ ਤੁਹਾਡੀ ਮੁਹੱਬਤ, ਤੁਹਾਡਾ ਪਿਆਰ ਹੈ ਜਿਹਨੇ ਮੇਰੀ ਉਮਰ ਨੂੰ ਢੱਲ ਨਹੀਂ ਦਿੱਤਾ। ਔਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ। ਔਰ ਆਪਾਂ ਅਕਸਰ ਕਹਿੰਦੇ ਹਾਂ ਵੀ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਡੁੱਬਦੇ ਸੂਰਜ ਨੂੰ ਵੀ ਸਲਾਮ ਕਰੋ, ਕਿਉਂਕਿ ਜਿਹੜਾ ਡੁੱਬਦਾ ਸੂਰਜ ਅੱਜ ਡੁੱਬ ਰਿਹਾ ਦੂਜੇ ਦਿਨ ਚੜ੍ਹੇਗਾ। ਬਾਈ ਮੂਸੇ ਵਾਲੇ ਨੇ ਬਹੁਤ ਸਾਰੇ ਡੁੱਬੇ ਹੋਏ ਸਿੰਗਰਾਂ ਦੇ ਜਿਹੜੇ ਸੂਰਜ ਸੀਗੇ ਬਾਂਹ ਫੜ ਕੇ ਚੜ੍ਹਾ ਦਿੱਤੇ। ਤੁਸੀਂ ਅਗਰ ਆਸ ਰੱਖਦੇ ਹਾਂ ਤਾਂ ਪਰਮਾਤਮਾ ਬਿਲਕੁਲ ਤੁਹਾਡੇ ਨਾਲ ਹਮੇਸ਼ਾ ਖੜ੍ਹਾ ਹੈ।
ਔਰ ਜਿੰਨੀ ਵੀ ਕਿਸੇ ਦੀ ਹੈਲਪ ਕਰ ਸਕਦੇ ਹਾਂ ਕਰੋ। ਜਦੋਂ ਮੇਰੀ ਹੋਮ ਪ੍ਰੋਡਕਸ਼ਨ ਹੁੰਦੀ ਸੀ, ਜਦੋਂ ਡੀਵੀਡੀ ਸੀਡੀਜ਼ ਮੇਰੀਆਂ ਆਈਆਂ, ਮੈਂ ਹਰ ਬੱਚੇ ਨੂੰ ਆਪਣੀ ਐਲਬਮ ਦੇ ਵਿੱਚ ਕੰਮ ਦਿੱਤਾ। ਔਰ ਕੋਈ ਵੀ ਬੱਚਾ ਇਹ ਕਹਿ ਦੇ ਕਿ ਭੋਟੂ ਸ਼ਾਹ ਨੇ ਮੈਨੂੰ ਮਿਸਬਿਹੇਵ ਮੇਰੇ ਨਾਲ ਕੀਤਾ ਜਾਂ ਮੇਰੇ ਨਾਲ ਕੋਈ ਗਲਤ ਸ਼ਰਾਰਤ ਕੀਤੀ ਆ, ਨਹੀਂ, ਕਿਉਂਕਿ ਮੈਂ ਆਪ ਬਹੁਤ ਸਟਰਗਲ ਕਰਕੇ ਇੱਥੇ ਆਇਆ। ਉਹ ਸਾਰੇ ਜਿਹੜੇ ਹਾਲਾਤ, ਜਿਹੜੇ ਦੌਰ ਮੈਂ ਖੁਦ ਦੇਖੇ ਹੋਏ ਸੀ। ਜਦੋਂ ਵੀ ਮੇਰੇ ਸੈੱਟ 'ਤੇ ਕੋਈ ਬੱਚਾ ਕਿਸੇ ਪਿੰਡ ਜਾਂ ਸ਼ਹਿਰ 'ਚ ਆਉਂਦਾ ਸੀ, ਮੈਂ ਉਹਨੂੰ ਪੁੱਛਦਾ ਸੀ, ਬੇਟਾ ਰਹਿਣ ਦਾ ਇੰਤਜ਼ਾਮ ਹੈਗਾ ਕਿ ਮੈਂ ਕਰਾਂ, ਬੇਟਾ ਤੇਰੇ ਕੋਲ ਕਿਰਾਇਆ ਹੈਗਾ ਜਾਂ ਮੈਂ ਕਰਾਂ। ਔਰ ਅਸੀਂ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਧੱਕੇ ਖਾਧੇ ਆ। ਬਾਕੀ ਸਿੱਖਣਾ ਜ਼ਰੂਰ ਚਾਹੀਦਾ, ਕਹਿੰਦੇ ਸਿੱਖਣਾ ਬੰਦ ਅਤੇ ਜਿੱਤਣਾ ਬੰਦ। ਜਿਹੜੇ ਬੰਦੇ ਸਿੱਖਣਾ ਬੰਦ ਕਰ ਦਿੰਦੇ ਆ ਅਤੇ ਉਹ ਜਿੱਤਣਾ ਬੰਦ ਕਰ ਦਿੰਦੇ। ਬਾਕੀ ਅਗਰ ਇਸ ਫੀਲਡ ਦੇ ਵਿੱਚ ਆਉਣਾ ਅਤੇ ਸਟਰਗਲ ਕਰਕੇ ਆਓ। ਜਿਹੜੇ ਮਕਾਨ ਦੀ ਕਹਿੰਦੇ ਨੀਂਹ ਪੱਕੀ ਹੁੰਦੀ ਆ, ਫਿਰ ਉਹਦੇ ਮਹਿਲ ਬਹੁਤ ਵੱਡਾ ਉਸਾਰਿਆ ਜਾਂਦਾ। ਨੀਂਹ ਜਿਹੜੀ ਆ ਪੱਕੀ ਕਰੋ, ਸਿੱਖ ਕੇ ਆਓ। ਬਾਕੀ ਮਿਸਯੂਜ ਕਦੇ ਨਾ ਹੋ। ਬਾਕੀ ਜੇ ਤੁਹਾਨੂੰ ਕੋਈ ਚੈਨਲ ਮੌਕਾ ਨਹੀਂ ਦਿੰਦਾ, ਕੋਈ ਤੁਹਾਨੂੰ ਇੰਡਸਟਰੀ ਮੌਕਾ ਨਹੀਂ ਦੇ ਰਹੀ, ਤਾਂ ਮੈਂ ਸ਼ੁਕਰਗੁਜ਼ਾਰ ਹਾਂ ਸੋਸ਼ਲ ਮੀਡੀਆ ਦਾ, ਜਿਹੜਾ ਅੱਜ ਦਾ ਟ੍ਰੈਂਡ ਆਇਆ। ਜੇ ਤੁਹਾਡੇ ਅੰਦਰ ਕੁਛ ਹੈਗਾ, ਮੋਬਾਈਲ ਸਾਰਿਆਂ ਕੋਲ ਆ, ਆਪਣੇ ਅੰਦਰ ਕੱਢ ਕੇ ਔਨਲਾਈਨ ਤੁਸੀਂ ਪੇਸ਼ ਕਰੋ, ਲੋਕ ਤੁਹਾਨੂੰ ਆਪ ਲੱਭ ਲੈਣਗੇ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।